ਸਤਿ ਸ਼੍ਰੀ ਅਕਾਲ ਜੀ। ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਘਾ ਸਵਾਗਤ ਵੀਰ। ਮੈਂ ਥਾਰਾ ਆਪਣਾ ਲਾਡਾ ਪੁਆਧੀ। ਇਹ ਵੀਰ ਪਟਿਆਲੇ ਦੇ ਵਿੱਚ ਮੋਦੀ ਸਾਹਿਬ ਆਏ ਤੇ ਵੀਰ, ਔਰ ਉੱਥਾਂ ਬਹੁਤ ਬੜੀ ਰੈਲੀ ਦਾ ਇੰਤਜ਼ਾਮ ਕਰਿਆ ਵਾ ਤਾ ਜੀ ਉਹ ਰਾਜੇ ਕੀ ਘਰ ਵਾਲੀ ਨੇ। ਇਹ ਰਾਜਾ ਤੋਂ ਆਪ ਆਇਆ ਨਹੀਂ ਗਿਆ, ਢਿੱਲਾ ਹੋ ਰਿਹਾ ਰਾਜਾ ਬਿਮਾਰ ਹੋਣ ਕਰਕੇ। ਫਿਰ ਜੋ ਰਾਣੀ ਨੇ ਆਪੇ ਸਾਰਾ ਇੰਤਜ਼ਾਮ ਕਰਿਆ ਉੱਥਾਂ ਬੜੀ ਰੈਲੀ ਦਾ, ਔਰ ਜੋ ਸੁਨੀਲ ਜਾਖੜ ਵੀ ਗਿਆ ਲਾਇਆ ਤਾ ਉਸਕੇ ਉੱਥਾ ਜਾ ਕੇ ਸਟੇਜ ਉੱਪਰ ਦੇਖੇ ਮੈਂ ਜੋ ਸਾਰੇ। ਔਰ ਵੀਰ ਜੋ ਕਹਿ ਲਓ ਫਿਰ ਗਰੀਬ ਮਾਰ ਹੋ ਗਈ ਗਰੀਬ ਬੰਦੇ ਕੋਲ, ਫਕੀਰ ਬੰਦੇ ਕੋਲ। ਹੰਸ ਰਹਿ ਜਾ ਹੰਸ ਨੂੰ ਫਿਰ ਜੋ ਕਿਸਾਨਾਂ ਨੇ ਘੇਰ ਲਿਆ ਰੈਲੀ ਮੈਂ ਜਾਣੇ ਨਹੀਂ ਲਿਆ। ਔਰ ਉੱਥਾ ਜੋ ਵਿਚਾਰਾ ਗਰੀਬ ਦਰਵੇਸ਼ ਗੱਡੀ ਵਿੱਚ ਬੈਠਿਆ ਉੱਥਾ ਜਾਂਦਾ ਮਾੜਾ ਮੋਟਾ ਮੋਦੀ ਨਾਲ ਗੱਲ ਗੁੱਲ ਕਰਦਾ ਵੀਰ, ਉਹ ਸਾਂਝ ਪੈਂਦੀ ਸੀਗੀ। ਔਰ ਕੀਤਾ ਕਿਸਾਨ ਮੰਨੇ ਨਹੀਂ ਵੀਰ, ਆ ਕਹਿ ਰਹੇ ਅਸੀਂ ਨਹੀਂ ਜਾਣ ਦਿੰਦੇ ਇਸ ਨੂੰ। ਔਰ ਕੱਲ੍ਹ ਉੱਥਾ ਜੋ ਕਿਸਾਨ ਜਿਹੜੇ ਵਿਰੋਧ ਕਰ ਰਹੇ ਤੇ ਨਾ ਟਰੈਕਟਰ ਨਾ ਟਰੈਲੀਆਂ ਨਾ ਪਤਨੀ ਕਿਹੜੇ ਖੁੱਡਾ ਖਾਡਾ ਵਾ ਨਿਕਲ ਗਾ ਪਹੁੰਚ ਗਏ ਟਿਕਾਣੇ ਦੇ ਉੱਪਰ, ਉਹ ਬਾਤ ਹੈ। ਸੰਗਰੂਰ ਮੈਂ ਘੇਰਿਆ ਇਸ ਨੂੰ ਹੰਸ ਰਾਜਾ ਹੰਸ ਨੂੰ। ਔਰ ਬਾਕੀ ਵੀਰ ਜੋ ਕਹਿ ਲਓ ਵੀ ਜਿਹੜੇ ਹਿਸਾਬ ਗਿਲ ਕਿਸਾਨ ਹੰਸ ਰਾਜ ਹੰਸ ਕੀ ਹਾਈਪ ਬਣਾ ਰਹੇ ਪੰਜਾਬ ਦੇ ਅੰਦਰ, ਮੈਨੂੰ ਲੱਗ ਰਿਹਾ ਵੀ ਪੰਜਾਬ ਮੈਂ ਜੇ ਬੀਜੇਪੀ ਹਾਰ ਵੀ ਗਈ, ਪਰ ਮੈਨੂੰ ਲੱਗ ਰਿਹਾ ਵੀ ਇਹਨਾਂ ਕਿ ਜਿਹੜੇ ਵਿਰੋਧ ਵਿਰੋਧ ਕਰਕੇ ਮੈਨੂੰ ਲੱਗ ਰਿਹਾ ਵੀ ਹੰਸ ਰਾਜ ਹੰਸ ਨਾ ਕਹੀ ਜਿੱਤ ਜੇ, ਇਸ ਨੂੰ ਨਾ ਵੋਟਾਂ ਪੈ ਜੇ। ਔਰ ਵੀਰ ਜੋ ਕਹਿ ਲਓ ਬਈ ਹੰਸ ਰਾਜ ਹੰਸ ਨੂੰ ਰੋਕੀ ਜਾਂ ਹੰਸ ਰਾਜ ਹੰਸ ਨੂੰ ਰੋਕਾ ਕਹਿ ਰਹੇ ਕਾ ਤੋਂ ਮਾਰਾ ਬੰਦਾ ਬਿਠਾ ਕੇ ਮੋਦੀ ਵੱਲ ਲੈ ਜਾ ਗੱਡੀ ਮਾਂ, ਉੱਥਾਂ ਗੱਲ ਕਰੇਂਗੇ ਕਾ ਮੋਦੀ ਗੈਲ, ਆ ਗੈਲ ਫਿਰ ਤੈਨੂੰ ਛੱਡ ਦੇਂਗੇ ਗੈਲ ਤੋਂ ਲੰਘ ਜੀ। ਬਈ ਦੱਸ ਉੱਥਾਂ ਅਰਜੀਤ ਗਰੇਵਾਲ ਖੜਿਆ, ਉਸਨੇ ਅੱਗੇ ਜਾਣ ਦੇਣਾ ਕਿਸੀ ਵਾ, ਬਾਅਦ ਮੰਨਦਾ ਨਹੀਂ ਕਿਸੀ ਗੱਲ। ਔਰ ਬਾਕੀ ਉਹ ਹੰਸ ਰਾਜ ਹੰਸ ਵੀ ਉਹ ਕਹਿ ਲਓ ਵੀ ਕਲਾਕਾਰ ਬੰਦਾ, ਇਸ ਨੂੰ ਵੀ ਪਤਾ ਪਬਲਿਸਿਟੀ ਕਿਸ ਤਰ੍ਹਾਂ ਲੈਣੀ, ਸਟੰਟ ਕਿਸ ਤਰ੍ਹਾਂ ਬਣਾਉਣਾ। ਔਰ ਇਸੀ ਕਰਕੇ ਦੇਖ ਲਿਓ ਜਿਹੜੀ ਉਹ ਖੇਲੀ ਗੇਮ ਇਸਨੇ ਜਾ ਕੇ ਕਿਸਾਨਾਂ ਵਾਂ ਵੜ ਗਿਆ। ਮੈਨੂੰ ਪਤਾ ਤਾਂ ਵੀ ਰੋਕੇਂਗੇ ਮੈਨੂੰ, ਬੀਟੀ ਵਾਲੇ ਕੈਮਰੇ ਲੈ ਕੇ ਤਿਆਰ ਬੈਠੇ ਵਾ, ਤਾਂ ਪੈਰਾਂ ਭਾਰ ਹੋਈ ਬੈਠੇ ਰਹਾਂ ਹੰਸ ਰਾਜ ਹੰਸ ਕਿੱਧਰ ਨੂੰ ਜਾ ਰਿਹਾ ਕਿੱਧਰ ਨੂੰ ਨਹੀਂ। ਔਰ ਉੱਥਾਂ ਜਾ ਕੇ ਵੀਰ ਪੈ ਉਹ ਕਹਿ ਲਓ ਹਾਲੀ ਉਹ ਜਾਣ ਨਹੀਂ ਦਿਆ, ਸਿੱਲੀ ਸਿੱਲੀ ਹਵਾ ਗੱਡੀ ਮਾਂ 'ਤੇ ਆ ਰਹੀ ਤੀ। ਔਰ ਗੱਡੀ ਮਾਂ 'ਤੇ ਇਸ ਨੂੰ ਨਾ ਬਾਹਰ ਆਉਣ ਦਿਆ, ਨਾ ਰੈਲੀ ਮਾਂ ਜਾਣ ਦਿਆ, ਨਾ ਕੋਈ ਗੱਲ ਉੱਧਰ ਨਾ ਇੱਧਰ। ਜੋ ਕਹਿ ਲਓ ਵੀ ਹੰਸ ਰਾਜ ਹੰਸ ਗਿਆ ਤੋਂ ਕੱਲ੍ਹ ਬਹੁਤ ਧੱਕਾ ਹੋ ਗਿਆ ਵੀਰ, ਇਸ ਕਰਕੇ ਵੀਰ ਕੱਲ੍ਹ ਉੱਥਾਂ ਮੋਦੀ ਦੀ ਰੈਲੀ ਮੈਂ ਜੋ ਪਹੁੰਚ ਨਹੀਂ ਸਕਿਆ। ਬਾਕੀ ਕੈਪਟਨ ਅਮਰਿੰਦਰ ਸਿੰਘ ਢਿੱਲਾ ਦਾ ਤਾਂ ਨਹੀਂ ਪਹੁੰਚਿਆ, ਪਰ ਜੋ ਹੰਸ ਰਾਜ ਹੰਸ ਤਾਂ ਨਹੀਂ ਪਹੁੰਚਿਆ, ਇਸ ਨੂੰ ਇਹਨਾਂ ਨੇ ਜਾਣ ਲਈ। ਔਰ ਉੱਧਰ ਪੀ ਐਮ ਮੋਦੀ ਨੇ ਜੋ ਹੰਕਾਰ ਰੈਲੀ ਹੰਕਾਰ ਨਹੀਂ ਹੰਕਾਰ ਹੰਕਾਰ ਰੈਲੀ ਮੈਂ ਭਗਵੰਤ ਮਾਨ ਨੂੰ ਮਾਰੇ ਲਲਕਾਰੇ ਪੂਰੇ ਕਰ ਜੋ ਤੋਂ ਵੀਰ ਕਾਗਜ਼ ਦਾ ਸੀ ਐਮ ਪੇਪਰ ਵਾਲਾ, ਪਰ ਕਾਗਜ਼ ਦਾ ਸੀ ਐਮ ਕਰ ਜੋ। ਔਰ ਬਾਕੀ ਉੱਧਰ ਗੱਲਾਂ ਬਾਤਾਂ ਚੱਲ ਪਈਆਂ, ਔਰ ਪੱਗ ਬੰਨ ਕੇ ਆਇਆ ਪੀ ਐਮ ਮੋਦੀ, ਔਰ ਮੋਦੀ ਪੱਗ ਬੰਨੀ। ਮੈਂ ਤਾਂ ਯੋਗ ਆ ਵੀ ਤਾਂ ਪੱਗ ਬੰਨਣ ਤੋਂ ਵਿੰਟ ਮਾਰਾਂ, ਅੱਜ ਜਿੱਦਣ ਥੋੜ੍ਹੇ ਦਿਨ ਤੱਕ ਰਾਹੁਲ ਗਾਂਧੀ ਵੀ ਪਤਾ ਨਹੀਂ ਵੀ ਯੋਗ ਆ ਵੀ ਕਾਂਗਰਸੀ 'ਚ ਸਿਰ ਪਾ ਪੱਗ ਬੰਨ ਦੇਗੀ, ਕੇਜਰੀਵਾਲ ਹਟਿਆ ਹੀ ਵਾ, ਨਹੀਂ ਤਾਂ ਵੀ ਕੇਜਰੀਵਾਲ ਕੀ ਬੰਨ ਦੇਣੀ ਪੱਗ ਜੀ, ਉਹ ਤਾਂ ਚਲੋ ਗਰਮੀ ਕਰਕੇ ਤਾਂ ਨਹੀਂ ਬੰਨਦੇ ਇਸ ਕੇ ਸਿਰ ਪਾ, ਵੀ ਕੇਜਰੀਵਾਲ ਕਿਤੇ ਗੇੜਾ ਜਿਹਾ ਖਾ ਕੇ ਨਾ ਗਿਰ ਜੇ ਤੜਾ। ਇਹ ਪੱਗ ਹਰੇਕ ਬੰਦਾ ਨਹੀਂ ਨਾ ਬੰਨ ਸਕਦਾ, ਮੋਦੀ ਦੇ ਸਿਰੋਂ ਪੱਗ ਬੰਨੀ। ਦੱਸ ਉੱਥਾਂ ਕੁੰਡਲੀ ਬਾਰਡਰ ਵਾ ਕਿਵੇਂ ਪੱਗਾਂ ਰੋਲੀਆਂ, ਇਸ਼ਕਾ ਸਾਹਿਬ ਹੈ ਥਰੇ ਪਾ ਪੱਗ ਨੂੰ ਤਾਂ ਇਹਨਾਂ ਨੇ ਟੋਪੀ ਬਣਾਈ ਵੀ ਜਿਹੜਾ ਉਸਕੇ ਸਿਰ ਪਰ ਰੱਖਦੇ ਆ। ਔਰ ਪੱਗ ਬੰਨ ਕੇ ਆਇਆ ਵੀਰ ਉੱਥਾਂ, ਔਰ ਕਹਿ ਰਹੇ ਇਹਨਾਂ ਨੇ ਕਰਜ਼ਾਈ ਕਰਤਿਆ ਕਰਜ਼ਾਈ ਕਰਤਿਆ, ਜੋ ਲੀਡਰਾਂ ਨੂੰ ਆਪਣੇ ਕਰਜ਼ੇ ਤੋਂ ਦਿਖਦੇ ਨੇ ਗਰੀਬਾਂ ਕੇ ਕਰਜ਼ੇ ਦਿਖੀ ਜਾਂ। ਔਰ ਉੱਧਰ
यो भगवंत मान के पर यो बीबी हरसिमरत कौर बादल यो बहुत भड़की वीर कह के इकली सुना कहा गया यो कहा इसनों कहा माड़ी मोटी शर्मे है नहीं कहा क्या करी या क्या नहीं इसनों यो नहीं पता भी राजनीति करनी किस तरह बोलना सत्कार किस तरह किसका करना मुंह पर चुन्नी लेकर भज गया कह रही ये तो कल लोगों को करता हेलीकॉप्टर चढ़ने वाले आप गए हेलीकॉप्टर तले निकलता यार भी यो कह लो सीएम भगवंत मान बाब बहुत ठोकमा जवाब दिया यार सीएम साहब यो देख लो इना नो ईव अकाली दल दिखी जा अकाली दल नजर आई आ दिन में भी अकाली रात नू भी अकाली दिखी जा सीएम साहब इब भी यो कांग्रेस वाले ने ज्यादा भरोसा नहीं करते वीरे इन्हों ने अलायंस बनाया वागा उत्था दिल्ली माड़ी पाई भी केजरीवाल ने और यो उसके गैर यो सोनिया गांधी के छोकरे गैर अलायंस बनाया भाई इसके बीच में इस करके इन्होंने ज्यादा नहीं टैट कर दे चूड़ी ना यो करे ना और इस करके यो कहा भी मोदी ने भी यही किया कहा दुकान का इन्होंने दो खोलिया में आ बदे भाई कहा अलायंस बनाया वा लोग अख मगीर ने तूड़ा अरे बीबी बादल परिवार बाकी बीबी बादल कह रही मानना यो बीबी बादल ने पूछा कि 5 बार मुख्यमंत्री बनया बापू बादल पंजाब के बीच में चलो जिहड़ा काम करिया 5 बार का जे 5 टर्न हो गया 5 5 साल गया 25 साल चले 25 साल में थोड़ा काम कर भी दिया चलो क्या लोड़ा आ गया ये भी दसो सरदार प्रकाश सिंह बादल भाभी तू क्या करता यो कर देंगे यो कर देंगे हैं और रिपोर्टर ये देख लो बीबी की इतनी चमचागिरी कर रहा है मन तो यो लग रहा था कि रिपोर्टर नु बाद में कितने तो मीडिया स्पोक्समैन ना ला दें इस बीबी गैल इतनी चमचागिरी कर रहा है मैं तो समझ में नहीं आती कि 3 4 मीडिया ने तो ना फिर इना को तो बस रबे रखा यो नहीं मानते और उधर यो कह लो भीर यो सुनील जाखड़ कह रहे कहा भाई यो उत्था का इसनों बुलाना कहा अपा यो जोगी आदित्यनाथ नू जोगी आदित्यनाथ कहा आवेगा उरा कहा जोगी की कहा बहुत लोड़ कहा पीएम के चोन प्रचार का उरा करने वास्ता सीएम जोगी आदित्यनाथ और कहा जद जोगी उरा आवेगा भगवंत मान नू कह सरकार चलानी सिखाओ अभी कितना सरकार चला इन्हें सरकारें चलाने नहीं कहा जोगी सरकार चला रहा है देखो मतलब ये भी यो हो गया भाई जाखड़ साहब भी पंजाब बीजेपी और पंजाब कांग्रेस इन्हों नू राजनीति आई ही नहीं करनी जोगी सिखावेगा ये दस इतना तो अज बीजेपी में आए इससे पहला कांग्रेस वाली भी थंड भी राजनीति आंदी नहीं करनी चाहिए वह सिखा रहा राजनीति और जाखड़ साहब उत्तर प्रदेश के बीच में जे थम कह रहे उत्था भी है गुंडागर्दी ऐसी बात नहीं गुंडागर्दी सारे पासे सिखलाई की लोड़ है किसी नू लाइन अंडर कह रहे जुड़ा है नहीं का श्याम नू डरते निकल दें लोग करते बार कांग्रेस ने शुरू कराया भी तो कांग्रेस के टाइम में सरकार थी याद यो कांग्रेस तो कहने का मानना जिताया का देश मानना का जित का याद कराया का दसो लाइन ऑर्डर बनाना किसने था प्रताप बाजवा का लगा रहा तो हेलीकॉप्टर आया उतर का हाँ मानने का कराया सारा कुछ अग्गा होगा है और मैं तो यो कह रहा भी चलो जे थानू लग रहा भगवंत मान वधिया सीएम है नहीं फिर जोगी आदित्यनाथ नू ला दिओ पंजाब के बीच में सीएम भगवंत मान नू उत्था ला दिओ उत्था तो चले रहा काम वधिया फिर चंगी चलाई चलती गड्डी में तो कोई बैठ कर राजनीति करे रहेगा और दसो और उधर यो कह लो फिर पंजाब के हालात खराब करने चाहा कांग्रेस ये यो हालात खराब नहीं होने देगी और खैरा कह रहा अपना फिक्र आप करें यो कह रहा प्रताप बाजवा
ਵੀ ਪੰਜਾਬ ਕਾ ਮਾਹੌਲ ਖਰਾਬ ਕਰਨ ਨੂੰ ਫਿਰ ਰਹੇ ਬੀਜੇਪੀ ਵਾਲੇ, ਇਹਨਾਂ ਨੇ ਕਹਾ ਚਾਲ ਸੋਚੀ ਸਮਝੀ ਚਾਲ ਲਗਾਈ ਨਾ ਕਿ ਪੰਜਾਬ ਕਾ ਮਾਹੌਲ ਖਰਾਬ ਕਰਨਾ ਕਿਸ ਤਰ੍ਹਾਂ ਕਰਨਾ, ਪੰਜਾਬ ਕਾ ਮਾਹੌਲ ਖਰਾਬ ਕਰਨਾ ਕਿਸਨੇ ਕਰਨਾ ਜੀ, ਉਹ ਦੱਸੋ ਮੈਨੂੰ। ਕੌਮ ਚੰਗੀ ਤਰ੍ਹਾਂ ਜਾਣਾ ਬਈ ਪੰਜਾਬ ਕਾ ਮਾਹੌਲ ਕਾਂਗਰਸ ਨੇ ਖਰਾਬ ਕਰਿਆ, ਲੋਕਾਂ ਨੂੰ ਮੂਰਖ ਨਾ ਬਣਾਓ। ਸਾਰੇ ਲੋਕ ਜਾਣਾ 84 ਦੇ ਵਿੱਚ ਹਰਿਮੰਦਰ ਸਾਹਿਬ ਅਟੈਕ, ਕੌਣ ਜਾਣਾ? ਤੁਹਾਨੂੰ ਲੱਗ ਰਿਹਾ ਵੀ ਕੋਈ ਜਾਣਦਾ ਨਹੀਂ, ਸਭ ਜਾਣਾ। ਔਰ ਬਾਜਵਾ ਰਾਜਾ ਬੜਿੰਗਰੇ ਉਹ ਦੇ ਲਓ, ਕਾਂਗਰਸ ਨੂੰ ਕਿੱਥਾ ਲੈ ਕੇ ਖੜਾ ਕਰਤੇ। ਬਾਕੀ ਉਹ ਗੱਲ ਪੱਕੀ ਜਿਸ ਤਰ੍ਹਾਂ ਸੁਖਬੀਰ ਬਾਦਲ ਜੀ ਪੰਜਾਬ ਦੇ ਵਿੱਚ ਮੈਂ ਸੀਐਮ ਦੇ ਸੁਪਨੇ ਦੇਖੀ ਆ, ਇਸ ਤਰ੍ਹਾਂ ਪ੍ਰਤਾਪ ਬਾਜਵਾ ਵੀ ਦੇਖ ਲਿਓ ਪੰਜਾਬ ਦੇ ਵਿੱਚ ਮੈਂ ਸੀਐਮ ਬਣਨੇ ਦੇ ਸੁਪਨੇ ਦੇਖੀ ਜਾ, ਵੀ ਕਦ ਮੈਨੂੰ ਸੀਐਮ ਬਣਾਵੇਂਗੇ ਕਦ ਨਹੀਂ। ਔਰ ਉੱਧਰ ਜੋ ਲੁਧਿਆਣੇ ਦੇ ਵਿੱਚ ਪ੍ਰਵਾਸੀ ਲਲਕਾਰੇ ਮਾਰ ਰਹੇ, ਮੈਂ ਤਾਂ ਕੱਲ੍ਹ ਪ੍ਰਵਾਸੀਆਂ ਦੇ ਬਿਆਨ ਸੁਣ ਘਰ ਆਉਣ, ਜੇ ਯੂਪੀ ਬਿਹਾਰ ਵਾਲੇ ਬਈਏ ਵੀਰ ਜੋ ਇਹਨਾਂ ਦੇ ਖਿਲਾਫ਼ ਟਿੱਪਣੀ ਕਰੀ, ਸੁਖਪਾਲ ਖਹਿਰੇ ਕਾ ਕਰਿਆ ਵਿਰੋਧ, ਅਜੇ ਉਹ ਕਹਿ ਰਹੇ ਕਹਾ ਪੰਜਾਬ ਮਾਜੋ ਥਾਨਾ ਮਾ ਨੂੰ ਟੀਕੇ ਰਹਿਣ ਦੇਣਾ, ਠੀਕ ਨਹੀਂ ਗਾ, ਠੀਕ ਨਹੀਂ ਹੋਵੇਗਾ, ਵਿਰੋਧ ਹੋਵੇਗਾ। ਲੈ ਦੱਸ ਚਲੋ ਵੀਰ, ਕਿਸੇ ਨੂੰ ਕਿਸੇ ਸਟੇਟ ਦੇ ਵਿੱਚ ਮਤਲਬ ਕੋਈ ਕੱਟ ਨਹੀਂ ਸਕਦਾ, ਜੋ ਬਾਤ ਪੱਕੀ ਵੀਰੇ ਸੁਖਪਾਲ ਕਹਿ ਰਹੇ ਨੇ ਕਿਆ ਕਿਹਾ ਕਿਆ ਨਹੀਂ ਕਿਹਾ, ਜੋ ਕਿਤੇ ਨਾ ਕਿਤੇ ਇੱਕ ਸਵਾਲ ਬਣ ਗਿਆ। ਪਰ ਮਹਾਰਾਸ਼ਟਰ ਦੇ ਵਿੱਚ ਵਾਂ ਉਧਵ ਠਾਕਰੇ ਇਹਨਾਂ ਨੇ ਦੇਖ ਲਓ ਕਿਸ ਤਰ੍ਹਾਂ ਭਜਾਏ ਤੇ ਉੱਥੇ ਦੇ, ਗੁਜਰਾਤ ਮਹਾਰਾਸ਼ਟਰ ਤਾਮਿਲਨਾਡੂ ਕਰਨਾਟਕ ਉੱਥਾ ਤੇ ਕਿਸ ਤਰ੍ਹਾਂ ਇਹਨਾਂ ਨੂੰ ਦੜਾਇਆ ਤਾ, ਜੋ ਸਭ ਜਾਣਾ। ਪਰ ਈਵ ਟਾਈਮ ਦੇਖੋ ਵੀਰ, ਪੰਜਾਬ ਦੇ ਵਿੱਚ ਵਾਂ ਕੋਈ ਲੀਡਰ ਬੋਲ ਨਹੀਂ ਰਿਹਾ, ਕੁਛ ਕਿਹਾ ਵੀ ਨਹੀਂ ਉੱਠਾ ਵੀਰ। ਇਤਨੀ ਬੜੀ ਸਾਜਿਸ਼ ਪੰਜਾਬ ਦੇ ਵਿੱਚ ਮੈਂ ਪ੍ਰਵਾਸ ਹੋ ਰਿਹਾ ਵੀਰੇ, ਲੱਖ ਲਾਹਣਤ। ਜੇ ਪੱਗਾਂ ਵਾਲੇ ਖੜੇ ਕੋਰਤਾ ਪੱਗਾਂ ਸੁੱਟ ਰਹੇ, ਭਈਏ ਲਲਕਾਰੇ ਮਾਰ ਰਹੇਗਾ, ਚੱਕ ਲੇਂਗੇ ਦੱਬ ਲੇਂਗੇ। ਜੋ ਧਮਕੀ ਪੂਰੇ ਪੰਜਾਬ ਵਾਸੀਆਂ ਨੂੰ ਕਹਾ, ਔਰ ਬਈਆਂ ਕੀ ਹਿੰਮਤ ਦੇਖੋ ਵੀਰ। ਉੱਥਾ ਸੁਖਪਾਲ ਸਿੰਘ ਖਹਿ ਰਹੇ ਕਿ ਖਿਲਾਫ਼ ਕਹਾ, ਆਉਣ ਵਾਲਾ ਟਾਈਮ ਦੇਖੋ ਵੀਰ ਸਾਰਾ ਪੰਜਾਬ ਦੇ ਵਿੱਚ ਮੈਂ ਖੜ ਕੇ, ਭਈਏ ਇੱਕ ਪੰਜਾਬ ਕੇ ਲੀਡਰ ਨੂੰ ਲਲਕਾਰੇ ਮਾਰ ਰਹੇ ਕਹਾ, ਜੇ ਠੀਕ ਚੱਲਣਾ ਤਾਂ ਠੀਕ, ਨਹੀਂ ਫਿਰ ਦੇਖ ਲਿਓ। ਔਰ ਸ਼ਰਮ ਆਉਣੀ ਚਾਹੀਦੀ ਪੰਜਾਬੀ ਕੋਲ ਖੜੇ ਭਈਆਂ ਜੇ ਉੱਪਰ, ਜੋ ਕੋਈ ਰਿਐਕਸ਼ਨ ਨਹੀਂ, ਰਿਐਕਟ ਨਹੀਂ, ਔਰ ਭਈਏ ਲਲਕਾਰੇ ਮਾਰ ਰਹੇ ਪੂਰੇ ਉੱਥੇ ਖੜੇ। ਔਰ ਦੋਗਲੇ ਕਰਦਾਰ ਵਾਲੇ ਜੋ ਲੀਡਰ ਭਈਆਂ ਨੂੰ ਇਕੱਠੇ ਕਰਕਾ ਕਹਿ ਰਹੇ ਵੀ ਬੋਲੋ ਬੋਲੋ, ਭਈਆਂ ਨੂੰ ਮੂਹਰਾ ਲਾਇਆ ਵਾ ਦੱਸ, ਇਹ ਹੈਰਾਨਗੀ। ਔਰ ਪੰਜਾਬ ਦੇ ਵਿੱਚ ਮੈਂ ਰਾਜਨੀਤੀ ਕਿਸ ਹੱਦ ਤੱਕ ਪਹੁੰਚ ਗਈ, ਆਉਣ ਵਾਲੇ ਟਾਈਮ ਦੇ ਵਿੱਚ ਮੈਂ ਫਿਰ ਦੇਖ ਲਿਓ ਕੌਣ ਮਿਲੇਗਾ ਤੁਹਾਨੂੰ, ਕੌਣ ਨਹੀਂ ਮਿਲੇਗਾ, ਇਹ ਤਾਂ ਚੰਗੀ ਤਰ੍ਹਾਂ ਜਾਣ। ਇਹ ਲਾਡਾ ਡਿਸਕਸ਼ਨ ਰੇਡੀ ਪ੍ਰੋਗਰਾਮ ਦੇ ਵਿੱਚ ਜੋ ਅੱਜ ਦੀਆਂ ਬੜੀਆਂ ਖਬਰਾਂ, ਕੱਲ੍ਹ ਨੂੰ ਇਸੀ ਟਾਈਮ ਸਾਰੇ ਗੱਲ ਫੇਰ ਕਰਾਂਗਾ। ਸਿੱਧੀ ਗੱਲ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।